ਮਾਛੀਵਾੜਾ ਨੇੜਲੇ ਪਿੰਡ ਲੁਬਾਨਗੜ ਦੇ ਨੌਜਵਾਨ ਦੀ ਇਟਲੀ 'ਚ ਹੋਈ ਮੌਤ। ਪਿੰਡ ਵਿੱਚ ਸੋਗ ਦੀ ਲਹਿਰ। ਮਾਛੀਵਾੜਾ ਨੇੜਲੇ ਪਿੰਡ ਲੁਬਣਾ ਵਗੜ ਦੇ ਨੌਜਵਾਨ ਦੀ ਇਟਲੀ ਵਿੱਚ ਹੋਈ ਹੈ ਮੌਤ। ਇਹ ਪਿੰਡ ਵਾਸੀਆਂ ਸੋਗ ਦੀ ਲਹਿਰ। ਮਾਛੀਵਾੜਾ ਸਾਹਿਬ ਦੇ ਪਿੰਡ ਲੁਬਾਨਗੜ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਦੀ ਇਟਲੀ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ। ਅਵਤਾਰ ਸਿੰਘ ਸੀਗਾ ਜੀ, ਕਿੰਨੇ ਕੁ ਸਮੇਂ ਤੋਂ ਬਾਹਰ ਗਏ ਹੋਏ? ਤਕਰੀਬਨ 2005 ਦੇ ਬਾਹਰ ਰਹਿ ਰਹੇ ਸੀਗੇ ਜੀ। ਕਿਹੜੀ ਕੰਪਨੀ? ਇਟਲੀ ਦੇ ਵਿੱਚ ਸੀਗੇ ਜੀ। ਕੀ ਕੰਮ ਵਗੈਰਾ ਉੱਥੇ ਕਰਦੇ? ਕੰਮ ਤਾਂ ਵੀ ਉਹਨਾਂ ਦਾ ਫਾਰਮ ਦਾ ਸੀਗਾ ਜੀ ਐਕਚੁਲੀ। ਜਿਹੜਾ ਹਾਦਸਾ ਹੋਇਆ ਉਹਦੇ ਨਾਲ ਮੌਤ ਹੋ ਗਈ, ਉਹ ਕਿਸ ਤਰ੍ਹਾਂ ਹੋਈ? ਉਹ ਵੀ ਐਕਚੁਲੀ ਇੱਕ ਕੰਟਰੈਕਟਰ ਜਿਵੇਂ ਆਪਣੇ ਇਹਦੇ ਫਾਰਮ ਆਪਣੇ ਕੋਈ ਨਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਜੀ, ਉੱਥੇ ਕੰਮ ਕਰਨ ਗਏ ਸੀਗੇ ਥੋੜ੍ਹੀ ਦੇਰ ਲਈ। ਉੱਥੇ ਯਾਨੀ ਕਿ ਤਕਰੀਬਨ 30 ਫੁੱਟ ਦੀ ਉਚਾਈ ਦੇ ਉੱਪਰੋਂ ਉਹ ਸਲੇਟ ਉੱਪਰੋਂ ਟੁੱਟ ਗਈ ਉਹਦੀ, ਉਹ ਟੁੱਟਣ ਨਾਲ ਥੱਲੇ ਗਿਰ ਗਏ ਜੀ। ਸਲੇਟ ਸੱਟ ਵੱਜ ਗਈ, ਹਾਦਸਾ ਹੋਇਆ ਜੀ। ਮੌਕੇ 'ਤੇ ਹੀ ਮੌਤ ਹੋ ਗਈ ਸੀ ਜਾਂ ਕਿਸ ਤਰ੍ਹਾਂ? ਨਹੀਂ, ਮੌਕੇ 'ਤੇ ਹੀ ਮੌਤ ਹੋ ਗਈ। ਹਾਂਜੀ, ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ? ਦੇਖੋ ਵੀਰ ਜੀ, ਇਹਦੇ ਬਾਰੇ ਤਾਂ ਅਸੀਂ ਪਹਿਲਾਂ ਤਾਂ ਇਹੀ ਕਹਿੰਦੇ ਹਾਂ ਵੀ ਜੇ ਕੋਈ ਨੌਜਵਾਨ ਦੀ ਇੱਦਾਂ ਹੁੰਦੀ ਹੈ ਉੱਧਰ ਤਾਂ ਉਹਦੀ ਜਿਹੜੀ ਬੋਡੀ ਇੱਧਰ ਲਿਆਉਣ ਲਈ ਅੰਬੈਸੀ ਵੱਲੋਂ ਕੋਈ ਚਾਰਾਜੋਈ ਕਰਨੀ ਚਾਹੀਦੀ ਹੈ ਜ਼ਰੂਰ, ਵੀ ਪਰਿਵਾਰਾਂ ਨੂੰ ਕੋਈ ਦਿੱਕਤ ਨਾ ਆਵੇ। ਜਿਹੜੀ 15-15-20-20 ਦਿਨ ਵੇਟ ਕਰਨੀ ਪੈਂਦੀ ਆ, ਉਹ ਪ੍ਰੋਸੈਸ ਜਲਦੀ ਤੋਂ ਜਲਦੀ ਹੋ ਜਾਵੇ। ਬਾਕੀ ਨੰਬਰ 2 ਤੇ ਆ ਵੀ ਸਰਕਾਰਾਂ ਨੂੰ ਇੱਥੇ ਨੌਜਵਾਨਾਂ ਨੂੰ ਸਾਂਭਣ ਲਈ ਪ੍ਰਬੰਧ ਕਰਨੇ ਚਾਹੀਦੇ ਆ, ਵੀ ਪੰਜਾਬ ਦੀ ਨੌਜਵਾਨੀ ਅੱਧੇ ਤਾਂ ਨਸ਼ਿਆਂ ਦੇ ਡਰ ਤੋਂ ਹੀ ਪੇਰੈਂਟਸ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਭੇਜ ਰਹੇ ਆ। ਹੁਣ ਕੱਲ੍ਹ ਦਾ ਦੇਖ ਰਿਹਾ ਸੀਗੇ ਰਾਜਸਥਾਨ ਦੇ ਇੱਕ ਕੋਟਾ ਦੇ ਵਿੱਚ ਉਹ ਨੌਜਵਾਨ ਡਿਗਰੀ ਕਰ ਰਿਹਾ ਸੀਗਾ, ਉਹਦਾ ਜਿਸ ਤਰ੍ਹਾਂ ਸਾਰੇ ਸੋਸ਼ਲ ਮੀਡੀਆ 'ਤੇ ਉਹਨੂੰ ਪਤਾ ਲੱਗ ਰਿਹਾ ਵੀ ਪ੍ਰਸ਼ਾਸਨ ਦਿਖਾ ਰਿਹਾ ਵੀ ਬੱਚੇ ਨੇ ਖੁਦਕੁਸ਼ੀ ਕੀਤੀ ਆ, ਪਰ ਆਲਰੇਡੀ ਉਹਦੇ ਪੇਰੈਂਟਸ ਵੀ ਸਾਰੇ ਕਹਿ ਰਹੇ ਆ ਵੀ ਬੱਚੇ ਦਾ ਮਰਡਰ ਹੋਇਆ। ਹੁਣ ਉਹਦੇ ਬੱਚੇ ਪੜ੍ਹ ਕੇ ਸਾਰੇ ਕਹਿ ਰਹੇ ਆ ਵੀ ਆਈਲੈਟਸ ਕਰਕੇ ਨਾ ਜਾਣ, ਡਿਗਰੀਆਂ ਕਰਕੇ ਇੱਥੇ ਕੰਮ ਕਰਨ। ਪਰ ਪਹਿਲਾਂ ਜਿਹੜੇ ਬੱਚੇ ਡਿਗਰੀਆਂ ਕਰਦੇ ਆ ਨਾ ਤਾਂ ਉਹਨਾਂ ਨੂੰ ਕੋਈ ਨੌਕਰੀ ਮਿਲਦੀ ਆ, ਜਿਹੜੇ ਬੱਚੇ ਕਰ ਰਹੇ ਆ ਉਹ ਇੱਦਾਂ ਸੇਫ ਨਹੀਂ ਹੈਗੇ ਜੀ, ਕੋਈ ਗੈਂਗਸਟਰਾਂ ਦੇ ਕੋਈ ਨਸ਼ਿਆਂ ਦੀ ਭੇਟ ਚੜ੍ਹ ਰਿਹਾ। ਸਰਕਾਰ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਦੇ ਨੱਥ ਪਾ ਕੇ ਪੰਜਾਬ ਨੂੰ ਪਹਿਲਾਂ ਵਾਲਾ ਜਿਹੜਾ ਪੰਜਾਬ ਦੀ ਦੇਖੋ ਦਿੱਤੀ ਜਾਵੇ, ਇਹ ਤਾਂ ਅਸੀਂ ਬੇਨਤੀ ਕਰਦੇ ਹਾਂ ਜੀ। ਬੰਦਾ ਰੋਜ਼ੀ ਰੋਟੀ ਕਮਾਉਣ ਦੇ ਲਈ ਬਾਹਰ ਜਾਂਦਾ ਆਪਣਾ ਭਵਿੱਖ ਬਣਾਉਣ ਦੇ? ਹਾਂਜੀ, ਸਾਡੇ ਤਕਰੀਬਨ ਪਿੰਡ ਦੇ ਜੀ 80 ਤਕਰੀਬਨ 70-80 ਪਰਿਵਾਰਾਂ ਦੇ ਬੱਚੇ ਹੈਗੇ ਨੇ ਜੀ ਜਿਹੜੇ ਇਟਲੀ ਦੇ ਵਿੱਚ ਗਏ ਨੇ। ਉਹਨਾਂ ਕੰਟਰੀ ਨੇ ਆਪਣੇ ਦਿੱਤਾ ਵੀ ਬਹੁਤ ਕੁਛ ਆ ਜੀ ਪੰਜਾਬ ਨੂੰ, ਜੇ ਉੱਥੇ ਕੰਮ ਕਰਦੇ ਸੀਗੇ ਉਰੇ ਖੇਤੀਬਾੜੀ ਦੇ ਨਾਲ ਪੇਰੈਂਟਸ ਨੂੰ ਮਦਦ ਮਿਲੀ ਆ ਉਹਨਾਂ ਗੱਲਾਂ ਦੀ। ਪੂਰੇ ਹੁਣ ਜਿੰਨੇ ਕਿਸਾਨੀ ਦੇ ਖਰਚੇ ਆ, ਕਿਸਾਨੀ ਦੇ ਖਰਚੇ ਹੀ ਪੂਰੇ ਨਹੀਂ ਹੁੰਦੇ ਜੀ, ਕਾਰਪੋਰੇਟ ਘਰਾਣਿਆਂ ਦੇ ਤਾਂ ਕਰਜ਼ੇ ਵੀ ਮਾਫ਼ ਹੋ ਜਾਂਦੇ ਆ, ਬਾਕੀ ਚੀਜ਼ਾਂ ਵੀ ਹੋ ਜਾਂਦੀਆਂ, ਪਰ ਕੋਈ ਕਿਸਾਨੀ ਲਈ ਜਾਂ ਕੋਈ ਉਰੇ ਨੌਜਵਾਨਾਂ ਲਈ ਸਰਕਾਰ ਵੱਲੋਂ ਕੋਈ ਵੱਡਾ ਉਪਰਾਲਾ ਨਹੀਂ ਹੈਗਾ। ਜਿਹੜੇ ਨੌਜਵਾਨ ਆ ਕੋਈ ਡਿਗਰੀਆਂ ਵੀ ਕਰੀਆਂ, ਉਹਦਾ ਕੋਈ ਨੌਕਰੀ ਮਿਲਦੀ ਆ ਜੀ ਕਿਸੇ ਨੂੰ ਕੋਈ? ਹਾਂਜੀ।